जो देखो नीटू शटर वाले दे चपेड़ा पै गई उन फिर उन्होंने ढा लिया ये की मतलब है ते असी देखा भी जगराता हो रहा जागरण बहुत जबरदस्त गा साडे बंदे कहते लंगर खाना जी अच्छे तो लंगर खाने की माता राणी की उम्र रख गए हूँ असं कितने भी लंगर रखा खा लीदा देख सू जिथे बुलावे अगला आप चल जाइएगा भावें अगला सू जहर पाक देते वो भी खा लीदा ठीक है मैं तो उत्थे आप लंगर खान गए तो मैंने पता लगा जी घनैया मित्र जी लगन लगे तो मैं क्या यार मैं इस बंद यार फोटो करानी है तो 50 रुपये देने मेरे दिल की इच्छा वा जी तुहानू लगदा तुहाडे 50 रुपये पिछे बैठे नहीं मेरे मां जिन्नी की मेरी कोई एड्डी वड्डी हस्ती है 8 लाख रुपये अगले लेंदे गां दा मैं फिर अपनी किडनी बेच के दे देना उन्हें पैसे तो मेरी कात 50 रुपये की सी मैं 50 रुपये स्टेज चढ़ गया मैनू कहिंदा थल्ले हो जा तुसीं कौन कहिंदा कन्हैया मित्तल उन्हें खुद गया सारे नूं क्या कहिंदे जिन्ने सारे स्टेज तों थल्ले ला दो उन्हें मैं कहा सर मैं तां ना आऊंगा तू भी चल वी अही माता चिंतपुरनी 24 घंटे दिल ते जुबान ते अखां ते दिमाग च 24 घंटे माता रानी दी चिंतपुरनी माता चिंतपुरनी माता चिंतपुरनी माता चिंतपुरनी माता करदे रहे ने ओ तू कित्थों दा हिंदू ओए ये 8 लाख लैंदा तू लै लख रुपया तैनू होर भी कोई बंदा औकात वाला रखे बुलाण वाला कि जिदा मेरी औकात होगी मैं लोगों को पैसे कट्ठे कर लख रुपया तैनू बुला सकदा तू 8 लाख लेट किदां रखता उहनां दी मर्जी है ये कोई निगाह ये सब ठग सीधे तरीके ਤੁਸੀਂ ਉਹਨਾਂ ਨੂੰ ਠੱਗ ਗਏ ਮੈਂ ਕਹਿ ਰਿਹਾ ਮੈਂ ਕਿਉਂ ਕਹਾਂ ਮਤਲਬ ਅਸੀਂ ਕਹਿ ਸਕਦੇ ਨੀਟੂ ਸ਼ਟਰ ਵਾਲਾ ਇੱਕ ਕਲਾਕਾਰ ਦੇ ਰੂਪ ਚ ਸਾਹਮਣੇ ਮੇਰੇ ਕੋਲ 50 ਰੁਪਏ ਆ ਆਹ ਦੇਖੋ ਹੁਣ ਮੇਰੀ ਜੇਬ ਚ ਸਿਰ 50 ਰੁਪਏ ਨਿਕਲੇ ਆਹੀ ਕਨਈਆ ਲਾਲ ਜੀ ਨੂੰ ਦੇਣੇ ਸੀਗੇ ਕਨਈਆ ਮਿੱਤਲ ਜੀ ਨੂੰ ਦੇਣੇ ਸੀਗੇ ਮੈਂ ਆਹੀ 50 ਰੁਪਏ ਸਾਹਮਣੇ ਰੱਖੇ ਕੀ ਆ ਜ਼ਿੰਦਗੀ ਦੇ 50 ਰੁਪਏ ਮੈਨੂੰ ਕਦੀ ਨਹੀਂ ਭੁੱਲਣਗੇ ਹੁਣ ਬੋਲ ਤੇਰੇ ਦੰਦਰਾ ਤੋੜੇ ਮੇਰੇ ਨੂੰ ਦੋ ਚਪੜਾ ਮਾਰਦੇ ਆ ਇੱਕ ਨੇ ਮੇਰੀ ਬਾਹ ਪਚੋੜੀ ਦਾ ਹਰ ਵਾਰੀ ਕੋਈ ਨਾ ਕੋਈ ਚਪੇੜਾ ਮਾਰ ਜਾਂਦਾ ਔਰ ਤੁਸੀਂ ਕੁਝ ਨਹੀਂ ਕਰ ਪਾਉਂਦੇ ਮੇਰੀ ਗੱਲ ਉਹ ਹੱਟੇ ਕੱਟੇ ਬੰਦੇ ਸੀਗੇ ਜਿਹਾਂ ਦਾ ਕੱਲਾ ਕੱਲਾ ਮੈਂ ਇੱਥੇ ਤੱਕ ਸਿਰ ਚ ਨਾਲ ਮਾਰ ਦੂੰ ਜਿਹੜੇ ਬੰਦੇ ਨੇ ਪਿੱਛੋਂ ਬਾਹ ਮਚੋੜ ਲਈ ਹੈ ਇੱਕ ਬੰਦਾ ਮੈਨੂੰ ਅੱਜ ਕੱਲ ਨੂੰ ਫੜ ਕੇ ਗੱਲ ਕਰ ਰਿਹਾ ਤੇ ਮੈਂ ਕੀ ਕਰਾਂਗਾ ਉਸ ਟਾਈਮ ਮੇਰੀ ਸਮਝਦਾਰੀ ਇਹੀ ਰਹੂਗੀ ਕਿ ਸ਼ਾਂਤੀ ਨਾਲ ਰੱਖਾਂ ਤੇ ਚਪੇੜ ਖਾ ਲੈ ਚਪੇੜ ਖਾਣੀ ਪੈਣੀ ਹੈ ਜੀ ਇਹ ਮੈਂ ਕਾਰਵਾਈ ਕੀਤੀ ਹੈ ਜੀ ਨਾ ਹੋਈ ਤਾਂ ਮੈਂ ਕਮਿਸ਼ਨਰ ਦੇ ਆਫਿਸ ਸਾਰੇ ਕੱਪੜੇ ਲਾ ਕੇ ਨਾ ਕੱਲੀ ਬਨੈਣ ਤੇ ਕੱਚਾ ਪਾ ਕੇ ਬਹਿ ਜਾਣਾ ਮੈਂ ਇੱਥੇ ਕੋਈ ਇਹਦੇ ਸਰਕਾਰਾਂ ਨਹੀਂ ਚਲਾ ਸਕਦੇ ਚੱਜ ਨਾਲ ਮੈਂ ਤਾਂ ਤਾਂ ਹੀ ਕਹਿੰਦਾ ਮੈਨੂੰ 4 ਘੰਟੇ ਤੇ ਪ੍ਰਧਾਨ ਮੰਤਰੀ ਬਣਾਓ ਮੈਂ ਤੁਹਾਨੂੰ ਦੱਸੂਗਾ ਦੇਸ਼ ਕਿੱਦਾਂ ਚੱਲਦਾ ਕੀ ਕਰੋਗੇ ਮੈਂ ਇਹ ਹੁਣ ਨਹੀਂ ਦੱਸਦਾ ਉਦੋਂ ਦੱਸੂਗਾ ਤੇ ਉੱਥੇ ਇੱਕ ਬੰਦਾ ਆਇਆ ਕਹਿੰਦਾ ਤੁਸੀਂ ਇੱਕ ਹਿੰਦੂ ਜੱਟ ਗਾਣਾ ਆਇਆ ਤੁਸੀਂ ਉਹਨੂੰ ਨਾ ਪ੍ਰਮੋਟ ਕਰੋ ਮੈਂ ਕਿਹਾ ਯਾਰ ਮੈਂ ਕਿਉਂ ਪ੍ਰਮੋਟ ਕਰਾਂ ਤੈਸ ਮੈਸ ਸਭ ਹੋ ਗਿਆ ਅੱਡੇ ਬਣ ਗਏ ਬਾਰਡਰ ਤੇ ਉਹ ਪੀਜ਼ਿਆਂ ਵਾਂਗੂ ਚਿੱਟਾ ਅੱਜ ਕੱਲ ਮਿਲਦਾ ਆਰਡਰ ਤੇ ਵੰਸ਼ੀ ਬਚਾਉਣਾ ਔਖਾ ਹੋ ਗਿਆ ਵੰਸ਼ੀ ਬਚਾਉਣਾ ਔਖਾ ਹੋ ਗਿਆ ਨੀਟੂ ਸ਼ਟਰਾਂ ਵਾਲਾ ਇੱਕ ਇਹੋ ਜਿਹਾ ਨਾਮ ਹੈ ਜਿਹਦੇ ਵਿੱਚ ਹਮੇਸ਼ਾ ਚਰਚਾ ਔਰ ਸੁਰਖੀਆਂ ਨਾਲ ਜੁੜੀਆਂ ਹੀ ਰਹਿੰਦੀਆਂ ਸੋ ਅੱਜ ਸਾਡੇ ਨਾਲ ਨੀਟੂ ਸ਼ਟਰਾਂ ਵਾਲਾ ਮੌਜੂਦ ਹੈ ਅਸੀਂ ਉਹਦੇ ਨਾਲ ਗੱਲਬਾਤ ਕਰਦੇ ਆ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਸਭ ਤੋਂ ਪਹਿਲਾਂ ਮੈਂ ਰੱਬ ਦਾ ਨਾਮ ਲੈਣਾ ਜੀ ਵਾਹਿਗੁਰੂ ਜੀ ਕਾ ਖਾਲਸਾ ਜੀ ਵਾਹਿਗੁਰੂ ਜੀ ਕੀ ਫਤਿਹ ਜੈ ਭਾਰਤ ਜੈ ਭੀਮ ਜੈ ਭਗਵਾਨ ਵਾਲਮੀਕ ਜੈ ਗੁਰੂ ਰਵਿਦਾਸ ਧੰਨ ਧੰਨ ਸ਼੍ਰੀ ਗੁਰੂ ਰਵਿਦਾਸ ਜੈ ਗੁਰੂ ਰਵਿਦਾਸ ਔਰ ਹਲਾਲੂਇਆ ਗੌਂਸ ਪਾਕ ਖੁਸ਼ੰਤ ਵੈ ਅੱਲਾ ਤਾਲਾ ਸਾਰਿਆਂ ਦਾ ਨਾਮ ਅੱਜ ਹੀ ਲੈ ਲੈਣਾ ਤੂੰ ਹੀ ਨਿਰੰਕਾਰ ਮੈਂ ਤੇਰੀ ਸ਼ਰਨ ਹਾਂ ਮੈਨੂੰ ਬਖਸ਼ ਲੋ ਜਕਾਰਾ ਮਾਂ ਚਿੰਤਪੁਰਨੀ ਦਾ ਜਕਾਰਾ ਭੋਲੇ ਭੰਡਾਰੀ ਦਾ ਬੋਲ ਸੱਚੇ ਦਰਬਾਰ ਕੀ ਜਾਏ ਮਤਲਬ ਕੋਈ ਦੇਵੀ ਦੇਵਤਾ ਛੱਡਣਾ ਨਹੀਂ ਆਪਾਂ ਪਹਿਲੇ ਹੀ ਬਹੁਤ ਸਾਰਿਆਂ ਦਾ ਕਰ ਲੈਣਾ ਵਾਹਨ ਜੀ ਜੇ ਆਪਾਂ ਗੱਲ ਕਰੀਏ ਹਿੰਦੂ ਸਮਾਜ ਦੀ ਉਹ ਕ੍ਰਿਸ਼ਨਾ ਦੇ ਵਿੱਚ ਵੀ ਰਵੜਿਆ ਵਾ ਤੇ ਮੁਸਲਮਾਨਾਂ ਦੇ ਵਿੱਚ ਵੀ ਹੈ ਹਿੰਦੂਆਂ ਦੇ ਵਿੱਚ ਵੀ ਹੈ ਸਿੱਖਾਂ ਦੇ ਵਿੱਚ ਵੀ ਹੈ ਜਿਹੜਾ ਹਿੰਦੂ ਸਮਾਜ ਉਹ ਕਿੱਥੇ ਨਹੀਂ ਗਿਆ ਕਿੱਥੇ ਨਹੀਂ ਗਿਆ ਦੱਸੋ ਤੁਸੀਂ ਮੈਨੂੰ ਉਹਨਾਂ ਦੇ ਅੰਦਰ ਭਾਵਨਾ ਇੰਨੀ ਆ ਕਿ ਪਿਆਰ ਭਾਵਨਾ ਸਾਰੇ ਰਲ ਕੇ ਰਹਿਣ ਔਰ ਇਹ ਹਿੰਦੁਸਤਾਨ ਨੂੰ ਹਿੰਦੁਸਤਾਨ ਕਿਉਂ ਕਿਹਾ ਜਾਂਦਾ ਵੀ ਇੱਥੇ ਸਾਰੇ ਮਿਲ ਕੇ ਰਹਿੰਦੇ ਆ ਜੀ ਜੇ ਤੁਸੀਂ ਕੋਈ ਵੀ ਜਗ੍ਹਾ ਚਲੇ ਜਾਓ ਕਿ ਨਿਰੰਕਾਰੀ ਭਵਨ ਸਾਡੇ ਉੱਥੇ ਵੀ ਚਲੇ ਜਾਓ ਸਾਰੀ ਜਗ੍ਹਾ 'ਤੇ ਤੁਸੀਂ ਚਲੇ ਜਾਓ ਜਾਂ ਡੇਰਾ ਬਿਆਸ ਰਾਧਾ ਸੁਆਮੀ ਜੀ ਹੈਗੇ ਆ ਉੱਥੇ ਵੀ ਚਲ ਜਾਓ ਉੱਥੇ ਵੀ ਹਿੰਦੂ ਜਾਂਦੇ ਆ ਉਹ ਮੈਨੂੰ ਉਹ ਦੱਸ ਦਿਓ ਜਗ੍ਹਾ ਜਿੱਥੇ ਹਿੰਦੂ ਨਹੀਂ ਜਾਂਦੇ ਸਾਰੇ ਆਪਾਂ ਇੱਕ ਵਾਂ ਲੋਕ ਜਿਹੜੇ ਲੀਡਰ ਆ ਨਾ ਇਹ ਸਾਨੂੰ ਪਾੜ ਰਹੇ ਆ ਇਹ ਲੜਾਈਆਂ ਕਰਾਉਂਦੇ ਆ ਧਰਮ ਦੀਆਂ ਸਾਡੇ ਭਾਵਨਾ ਨੂੰ ਠੇਸ ਪਹੁੰਚਾਉਂਦੇ ਆ ਤੈਨੂੰ ਤੁਹਾਨੂੰ ਕੁਛ ਹੋਰ ਮੈਨੂੰ ਕੁਛ ਹੋਰ ਦੰਗੇ ਫਸਾਦ ਕਰਾਉਣੇ ਇਹਨਾਂ ਦੇ ਕੰਮ ਆ ਸਾਡੇ ਕੰਮ ਨਹੀਂ ਗੇ ਸਾਡੇ ਕੰਮ ਹੈਗੇ ਸਾਰਿਆਂ ਨੂੰ ਆਪਾਂ ਪਿਆਰ ਨਾਲ ਜੋੜਨਾ ਸਾਰਿਆਂ ਨੂੰ ਪਿਆਰ ਨਾਲ ਰੱਖਣਾ ਔਰ ਆਪਾਂ ਹਿੰਦੁਸਤਾਨ ਨੂੰ ਇਸ ਭਾਰਤ ਦੇਸ਼ ਨੂੰ ਅੱਗੇ ਲੈ ਕੇ ਜਾਣਾ ਫਿਲਹਾਲ ਅਸੀਂ ਇੱਥੇ ਪਹੁੰਚੇ ਹਾਂ ਵੀ ਇਹ ਤੁਸੀਂ ਦੱਸੋ ਹਰ ਹਮੇਸ਼ਾ ਹੀ ਚਰਚਾ ਦਾ ਵਿਸ਼ਾ ਤੁਸੀਂ ਬਣੇ ਰਹਿੰਦੇ ਹੋ ਹਮੇਸ਼ਾ ਅਗਰ ਗੱਲ ਕੀਤੀ ਜਾਵੇ ਤਾਂ ਧਿਰਦੇ ਦੇ ਹੱਥ ਕਿਉਂ ਚੱਕਿਆ ਜਾਂਦਾ ਹੈ ਜਦੋਂ ਦੇਖੋ ਨੀਟੂ ਸ਼ਟਰਾਂ ਵਾਲੇ ਦੇ ਚਪੇੜਾਂ ਪੈ ਗਈਆਂ ਉਹਨੂੰ ਫਿਰ ਉਹਨੂੰ ਢਾ ਲਿਆ ਇਹ ਕੀ ਮਤਲਬ ਹੈ
देखो जी गल है इदा कहें ना जो बंद का वक्त खराब हों मुसीबत बंदे को बंदा मुसीबत को चल जाता। असं पटियाले तो आए थे कितने काम आए थे पटियाले तो अगे गए थे कोई काम से तो साड़ा काम नहीं बनया अं वापस आ रहे थे तो असं देखा भी जगराता और जागरण बहुत जबरदस्त गा साढ़े बंदे कहते लंगर खाना जी अभी तो लंगर खाने की माता राणी की उम्र रखे गए हूँ असं कितने भी लंगर रखा खाली का गुरुद्वारे गिरजाघर कितने भी लगा क्योंकि सारे मैनू बड़ा प्यार करते हिंदू मुस्लिम और किसम ईद मैं उत्थे भी जाकर खा लेना सेवियां सूवियां देख सू जिते बुलावे अगला आप चल जीदा भावें अगला सू जहर पाक देते भी खा लीदा क्योंकि रब के घर बैठे हैं उत्थे गलत काम नहीं कोई चल सकता इतने तुम दगाबाजी कर सकते हो मरना सब ने ठीक है। मैं तो उत्थे आप लंगर खान गए तो मैंने पता लगा जी कन्हैया मित्तल जी लगन लगे हैं तो मैं क्या यार मैं इस बंद यार फोटो करानी है तो 50 रुपये देने मेरे दिल की इच्छा वा जी मैं गया तुम्हें लगता 50 रुपये पिछले बैठे नहीं मेरे मां जिन्नी की मेरी एड्डी वड्डी हस्ती है 8 लाख रुपया अगले लेंदे गां दा मैं फिर अपनी किडनी बेच के दे देना उन्हें पैसे देखो 8 लाख लैन 50 लाख लैन मैं मेरी औकात जिन्नी जे मेरी औकात 10 रुपये दी तो मैं 10 रुपये दूंगा तो मेरी औकात 50 रुपये की सी जिहड़ी मेरी चादर जिहदे मैं अपने दुध पानी का भी 10 रुपये का पैकेट लैके अपने घर दुध की चाह बना वा तो मेरी औकात 50 रुपये की सी मैं 50 रुपये स्टेज पर चढ़ गया मैंने कहना थल्ले जद ही कौन कहता कन्हैया मित्तल जी उन्हें खुद गया सारे क्या कहते जिन्हें सारे स्टेज तो थले ला दो उन्होंने मैं कहा सर मैं तुम्हें कहता तू भी चल भी तो साजियों को कहता जिन्हें साज बजाते पे आ नहीं तुम साज बजाओगे इदा की गल किए ने मेरे मन में बड़ी ठेस लग्या यार कि देख ये बंदे ने असं कहते यार भी ये इन्हें सलीम ने इन्नी गल कह दी भी हिंदू जागरण इन्हें चलो गल वधिया की जा किता वधिया बंदा यार वो अही तो आ दिल से भावना लैके पहुँच रहे हैं अही माता चिंतपुरनी 24 घंटे दिल से जुबान से अखा से दिमाग से 24 घंटे माता रानी जी चिंतपुरनी माता चिंतपुरनी माता चिंतपुरनी माता चिंतपुरनी माता करते रहे वो तू कितों का हिंदू है तू दस किन्ने हिंदुओं के बच्चे पढ़ाए तू हिंदुओं के घर किन्ने राशन वो तो कहते मैं फ्री पढ़ाना बच्चों अच्छा कितने पढ़ा फ्री गाना सिखाता मैं कोई नहीं पढ़ा मंगलवार दे मंगलवार फ्री जागरण करते सुनो मेरी गल ये जागरण कितने करते है दसो तुम कि करता चंडीगढ़ नहीं करते जेडे इन्हों अपने ग्रुप वाले बंदे सिर्फ उत्थे ही करते हैं और तुम कहो बहर करके दिखा जो 8 लाख लेंदा तू 1 लाख रुपया तेन होर भी कोई बंदा औकात वाला रखे बुलाने वाला कि जब मेरी औकात होगी मैं लोगों को पैसे कट्ठे कर 1 लाख रुपया तेन बुला सकता तू 8 लाख लेट कि रखता उन्होंने मर्जी है ये कोई नहीं गा ये सब ठग तू कुछ होर मैनू कुछ होर उन्होंने कुछ होर हिंदू मुस्लिम चक्कर पा के भी वोटा वाला मसला इन्हें कर दिता सीधे तरीके ठग कह रहे मैं कह रहा मैं क्यों कह मैंने अगले कहा मेरी इन्नी इंसल्ट करती मैं सीधा कह थल थल उतर जा मेरे दिल में बड़ी ठेस पहुंची मैं बड़ा कि यार कि इन बंदा इन्ना वही समझते यार बंदा भी यदि धौन च भी सरी है तो लक दे भी सरी देखो मैंने डर नहीं है ना मैं कुछ लै खाना गल है चपेड़ा किन्ने मारिया देखो चपेड़ा मैं तुम्हें दसदा उस तो बाद शनिवार आप ऐड कर गए बाबा जी ऐड कर गए थे जमशेर के सूट देंदे 100 रुपये का 5 मीटर कपड़ा और जो हम 500 रुपये सूट लेगा और 2 जोड़े जुत्तियां के फ्री उन्होंने घट्टो घट्ट भी 300 से 250 जोड़े है तो मैं क्या मैं क्या बाबा जी मैं एक जोड़ा एक सूट लेना तो मैंने दे दो जोड़ा कहते दे देंगे जी तो मैं क्या जी मैं कहना तू आर साड़ी ऐड कर दें तेरी सेवा पानी कर देंगे मैंने बाबा जी ने पैसे भी दते तो सूट भी दते मैं लैके मैं ना उसे लैन दिया जो कि मैं कहता जी बाबा जी 10 सूट पैक कर दो इन्हें सूट पिछों कवे ओ तेरे को पैसे है पिछों बोली जाए कौन बोल रहा मुंडा सगा पटियाले तो उन्हें मैं देखा कि स्टेज थले ला देना वो पटियाले तो आए थे बंदे वो मैंने मिनट बाद कवे ओए पैसे है मैं क्या हूँ मैं सब चंद उन्होंने दुकान का बंदा वा मैं ता नहीं बोलन दिया फिर मैं उन्होंने कहा मैं कहा बकवास बंद रख जे नहीं भी आओगे तो तेरे को मंगेंगे नहीं आप अपने अपने जेब च देवे तू अपनी औकात अपनी को रख मैं थोड़ा उन्होंने उल्ट बोलिया और कहता अच्छा मैंने यार बाहर मिली मेरे दिमाग नहीं चुके उन्होंने 3 जने गड्डी गुड्डी भरी अपनी वो कार भरी सूटा की तो मैं जिदा ही वो मुंडे कार के नाल आया मैं मोटरसाइकिल लैके आया था वो कहते साढ़े ना मैं भाई जी मैं अपना मोटरसाइकिल लैके आया मैं दूजी जगह जाना शूटिंग से कहते ठीक है जी मैं दीपक तीली नाल जाना सी शूटिंग से उदन 2 शूटिंगा सी मेरी तो मैं उधर जाना सीगा मैं ना जो जान लगा तो उन्होंने उन्होंने कार अगे उन्होंने अगे ब्रेक ला ली वो 3 गड्डी उतरे तो मैं मोटरसाइकिल पर बैठा तो मैंने इदा कहते तू अपने समझदा की है मैं इदा कमीज फड़ के कहना मैं यार तू उ मैं यार भाई तुम भी बत कहना तुझे उन्हें बदतमीजी बोलिया तो मैं कहा तू कि उसे भी चाहता काम किया तू मैं इन्नी गल कही भी सूट पैक कढ़ाउन दिया आप शूटिंग करते कि 10 सूट कढ़ दो बाबा जी असं लैके जाने लोगों दिखा दिया कि मैं सूट लैन दिया तो मैं कहना तू उ बड़े प्यार बोलिया मैं तू हूँ बोल तेरे दांदा तोड़े मेरे ने 2 चपेड़ा मार दिया एक ने मेरी बांह पचोड़ी इदा मैं कुछ कर नहीं सकिया 3 जने हर बार कोई ना कोई चपेड़ा मार जाता और कुछ नहीं कर पा मेरी गल हट्टे कट्टे बंदे
ਉਹਦੇ ਮਾਂ ਪਿਓ ਨੂੰ ਸਾਹਮਣੇ ਬੁਲਾ ਕੇ ਕੀਤਾ ਜਾਵੇ, ਦੇਖੋ ਚੈੱਕ ਕਰੋ।
भी तुहाडा बच्चा की कर रहा किहड़ी किहड़ी जगह पर जाके बह रहा तुसीं चंगे बंदे को बह रहा कि गंदे बंदे को बह रहा वो अपने माँ बाप उन्हों बच्चे रोकणगे मतलब नीटू शटरां वाले ने पूरी तरह एक कहिंदे ना प्रोपगंडा तैयार किया होया अगर वह सियासत चाहता है लेकिन सवाल यह हुंदा है उठता है कि उन्हों वोटा ही नहीं पैंदियां क्यों नहीं पईआं वोटां 4599 मैनू आईपीएल अफसरां ने मैनू वोटां पाईआं और पढ़े लिखे वकीलों ने डॉक्टरों ने मैनू वोटां पाईआं मैनू कदे आवे अरे कहड़े बंदे ने पाईआं ने वोटां जिन्हें पाईआं अज तक उहदी वोटां जिक्र होया मेरी 4599 वोट आ हजे तक बोलदी इलैक्शन भावें होण भावें ना होण मैनू उहनां नाल कोई सिरदर्दी नहीं पर मेरी 4599 वोट प्रधानमंत्री नूं भी पता लग गया राष्ट्रपति नूं भी पता लग गया खैर ये मुद्दा एक पासे है ये दसो नीटू शटरां वाला आखर है कि एक नीटू शटर वाला कोई पॉलिटिशियन है या कोई कॉमेडियन है कौन है पता लगे अद्धे लोग तो कन्फ्यूज ही हैं या कोई सिंगर हो कौन हो तुसीं देखो मैं समाज सेवक भी हाँ ठीक है एक अपने घर का गुजारा करने वास्ते मैनू लोग एडा बुलाते हैं शूटिंगा बुलाते मैं जाना जी अपने घर का गुजारा चलाना किसी की तकलीफ है कभी तुम बैटमैन बने होंगे हो कभी तुम गाने गाते हो कॉम्पीटिटर अमित अरोड़ा कितने उन्हें तो नहीं तुम्हें कटवाया नहीं मेरी गल सुनो मैनू अमित अरोड़े ना कोई लेंदे नहीं ठीक है जी ना मैं इदा ही कॉम्पीटिशन मेरी इतने इंटरव्यू चलन दी मेरे ना शूट चलन डा लुधियाने तो उत्थे एक बंदा आया कहिंदा तुसीं एक हिंदू जट गाना आया तुसीं उहनूं ना प्रमोट करो मैं क्या यार मैं क्यों प्रमोट करा उहनूं ते मैं क्यों करा कॉन्ट्रोवर्सी मैनूं कोई कोल क्यों तुसीं हिंदू जट नहीं नहीं मैं देखो सुनो मेरी गल मैं सिख भी हाँ मैं मुसलमान भी हाँ मैं ईसाई भी हाँ मैं क्रिश्चन भी हाँ मैं निरंकारी भी हाँ मैं राधा स्वामी भी हाँ मैं माता चिंतपुरी का भगत भी हाँ मैं सारे पासे हाँ मैनू सारे बुलाउंदे ते मैं सारे दा सांझा नीटू शटरां वाला बैटमैन ते अमित अरोड़ा हिंदू जट देखो है कोई कंपटीशन दोनों दा जिहड़ी लड़ाई है ना मैं किसे नूं टारगेट नहीं करदा मैं कदी सारे देवी देवता नाम लैना देखो तुहाडा अमित अरोड़ा नाल कंपटीशन है कि नहीं देखो अमित अरोड़े दी जिहड़ी गल्लबात आ उह इक टारगेट करके हटिया हुण देखो जे हिंदू बाकी हिंदू आ उहनां कोल सिक्योरिटी थोड़ी हैगी आ अमित अरोड़ा कोल सिक्योरिटी है ठीक है उह किसे नूं वी कुछ बोल सकदा मैं उहनूं मिलिया नहीं भाजी नूं मैं मतलब जिहदे कोल सिक्योरिटी होवे कुछ वी बोल कुछ वी बोल सकदा हुण मैं आवां मैं अपने दम ते बोलदा पिया मैनूं पता मैं सड़क ते 24 घंटे चलणा मैं जो सच वा मैं सच कहूंगा चाहे मेरी धौन बढ़ दो रोड़ा कहता मैं नहीं जानता केड़ा नीटू शटरां वाला देखो मैं भी नहीं उन्होंने जानता वो एक बंदा कहता भी जो गाने प्रमोट करो मैं उस गाने क्यों प्रमोट करा मैं विभागों क्यों फसा पता है मेरी गल की है देखो हाल यह भी हिंदू जट नहीं हो तुसी हिंदू सिख इको ही ठीक है क्रिश्चन और वाल्मीकि समाज गुरु रविदास समाज ला लो या मुस्लिम भाईचारा यह हिंदुस्तान ता बनया सारिया कौमां इहदे विच रहिंदियां ये रह के आप सारे ने कट्ठे होकर काम करना यह नहीं कि मैं मतलब किसी के खिलाफ बोल के कॉन्ट्रोवर्सी आ जावा मैं आप गन मन लैके कॉन्ट्रोवर्सी तो तुम भी आते हो कभी किसी रूप से कभी किसी उन्हें खैरे बयान किया कि किया भी कॉन्ट्रोवर्सी आने हाँ खैरे ने की क्या सी क्या मैं तो हजे भी बोलता पाया मैं मणिपुर कांड इन्ना बोलिया सारे लीडर क्या मैं कहा सारे कसम खुआ माता चिंतपुरनी की किड़े बंद ने मनी कांड के उत्ते बोलिया औरतों नंगे करके इन्होंने इंदा किया गया यार भी साड़ी तो रूह कमदी पई आ भी साढ़े सामने हो बंदा भावें सानू इदा हाथ नहीं भेज दो चपेड़ा मार मार के मार देंगे उन्होंने गल यी कि वह बंदा बार बार भगवंत मान की वाइफ बारे गल कर रहा साड़ी भैन है साड़ी भैन ला लो इंडिया की हर एक बच्ची हर एक कुड़ी भारत देश की और पंजाब की साड़ी भैन है जे कोई कुड़ी टारगेट करता कोई भी बंदा वा वो अगे मैं खड़ा हो जाऊँगा क्योंकि एक तो आप माता लक्ष्मी का रूप दें एक माता उन्हू माता का रूप दें भैन का रूप दें एक वाइफ का रूप दें है दादी का रूप दें नानी का रूप दें अज वो सड़कों के दूरदशा इदा की हो रही है तो बड़ी माड़ी गल मैं खैर सब कमेंट मारे भी तुम भगवंत मान की वाइफ ना कुछ कहो यार और साढ़े पंजाब की धी भैन है साड़ी भी भैन ही है तो देखो तुम राजनीतिक बारे मुद्दे जिदा मर्जी बोलो मैं कभी बच्चे नहीं आऊँगा वो नहीं मुड़े तीन वीडियो देखिया उन्होंने मैं तीसरी वीडियो तो मैं क्या यार तू है की है यार तू दस दे तू कोई देखो तुम लड़ो लड़ाई भगवंत मान गाला कड़ो जो मर्जी करो मैनू क्या देना ना मैं उसको कोई नौकरी मंगा चलना ना मैंने कोई फायदा होता ना मैं कुछ लेना देना ठीक है मेरी बेगमपुरा पार्टी सांझा फ्रंट है मैं उधर ठीक है ना पर जो उन्हें घर दे बार बार जो उन्हें विह करा लिया गुरु घर जाके लावं लिया गुरु घर जाके लावं लिया विह करा लिया अगले पूरे हिंदू अपने सिख समाज तरीके सारा कुछ उदा ही किया जो कुछ उसका ठीक है हुण तू उन्हें कहना तू विह को कराया तू तू मेरा मतलब कि तू गुरुआ भी टारगेट करी जाना हर चीज़ में टारगेट करी जाना तू ए मतलब तू एक तेन जिन्होंने वोटा पाइया उन्होंने तेन की सोच के वोटा पाइया देखो मैंने 4599 वोट पाई आ मैंने डॉक्टर की वकीलों की और इन्होंने व्डिया बंद वोट पाई मैंने जो फोन आए तो मैं ना भी जिता
ਤੇ ਮੈਂ ਵੈਸੇ ਹੀ ਮੁੱਖ ਮੰਤਰੀ ਪ੍ਰਧਾਨ ਮੰਤਰੀ ਰਾਸ਼ਟਰਪਤੀ ਮੈਂ ਆਪਣੇ ਆਪ ਨੂੰ ਸੁਪਨਿਆਂ ਵਿੱਚ ਹੀ ਸਮਝਦਾ ਰਹਿਣਾ ਮੈਂ ਆਪਣੇ ਆਪ ਨੂੰ ਸੁਪਨਿਆਂ ਵਿੱਚ ਸਮਝਦਾ ਰਹਿਣਾ ਵਧੀਆ ਗੱਲ ਹੈ ਕਿ ਮੈਨੂੰ ਨਹੀਂ ਪਰਵਾਹ ਹੈਗੀ ਪਰ ਮੈਨੂੰ ਪੜ੍ਹੇ ਲਿਖੇ ਨੇ ਮੈਂ ਤੇ ਤੀਸਰੀ ਪਾਸ ਕੀਤੀ ਆ ਉਹਨਾਂ ਇੰਨੇ ਇੰਨੇ ਪੜ੍ਹੇ ਲਿਖੇ ਬੰਦਿਆਂ ਨੇ ਮੈਨੂੰ ਵੋਟ ਪਾਈ ਆ ਮੈਨੂੰ 4599 ਵੋਟ ਜਿਹੜੀ ਮੇਰੀ ਵਰਲਡ ਦੇ ਵਿੱਚ ਪੂਰੇ ਹਿੰਦੁਸਤਾਨ ਦੇ ਵਿੱਚ ਗੂੰਜ ਰਹੀ ਆ ਠੀਕ ਆ ਮੈਨੂੰ ਪਰ ਖਹਿਰਾ ਸਾਹਿਬ ਨੂੰ ਮੈਂ ਕਹਿਣਾ ਚਾਹੁੰਦਾ ਉਹਨਾਂ ਦੀ ਵਾਈਫ ਬਾਰੇ ਨਹੀਂ ਗੱਲ ਕਰਨੀ ਚਾਹੀਦੀ ਠੀਕ ਆ ਨਾ ਤੇ ਬਾਕੀ ਦੇਖੋ ਹੋ ਜੋ ਮਰਜ਼ੀ ਕਰੋ ਮੈਨੂੰ ਕੋਈ ਲੈਣ ਦੇ ਨਹੀਂ ਔਰ ਗੱਲ ਰਹੀ ਅਮਿਤ ਅਰੋੜਾ ਦੀ ਅਮਿਤ ਅਰੋੜਾ ਕੋ ਸਿਕਿਉਰਿਟੀ ਅਮਿਤ ਅਰੋੜਾ ਤੁਹਾਡੇ ਖਿਲਾਫ ਵੀ ਬੋਲ ਸਕਦਾ ਅਮਿਤ ਅਰੋੜਾ ਮੇਰੇ ਖਿਲਾਫ ਵੀ ਬੋਲ ਸਕਦਾ ਹੁਣ ਆਮ ਜਿਹੜਾ ਹਿੰਦੂ ਆ ਵਿਚਾਰਾ ਦਿਹਾੜੀ ਲਾਉਣ ਜਾਂਦਾ ਉਹ ਹੁਣ ਗਾਲਾਂ ਕੱਢੇ ਤੇ ਪਰਚਾ ਪੈ ਜਾਂਦਾ ਕਿਉਂਕਿ ਪੁਲਿਸ ਦੀ ਕਾਰਵਾਈ ਕਿਸਮ ਹੁਣ ਅਮਿਤ ਅਰੋੜਾ ਕਹਿੰਦਾ ਮੈਂ ਭਜਨ ਗਾਣੇ ਤੁਹਾਡਾ ਕੰਪੀਟੀਸ਼ਨ ਸਿੱਧੇ ਤਰੀਕੇ ਬਣ ਸਕਦਾ ਨਹੀਂ ਮੇਰਾ ਵੀ ਅੱਜ ਮੇਰੀ ਮਾਤਾ ਦੀ ਭੇਟ ਆ ਗਈ ਚਿੰਤਪੁਰਨੀ ਦੀ ਉਹ ਵੀ ਕਹਿ ਰਹੇ ਮੈਂ ਗਾਣਾ ਹੁਣ ਗਾਵੇ ਮੈਨੂੰ ਕੀ ਲੈਣ ਦੇਣਾ ਮੈਂ ਕੀ ਕਹਿੰਦਾ ਵੀ ਟਾਰਗੇਟ ਨਾ ਕਰੇ ਜਿੱਦਾਂ ਕਿ ਹੁਣ ਮੰਨ ਲਓ ਕਿ ਮੈਨੂੰ ਜਿੱਥੇ ਮਰਜ਼ੀ ਪ੍ਰੋਗਰਾਮ ਤੇ ਬੁਲਾ ਲਓ ਮੈਂ ਤੇ ਹਿੰਦੂਆਂ ਦੇ ਵੀ ਜਾਣਾ ਮੈਂ ਸਿੱਖਾਂ ਦੇ ਵੀ ਜਾਣਾ ਮੈਂ ਇਸਾਈਆਂ ਦੇ ਵੀ ਜਾਣਾ ਮੈਂ ਮੁਸਲਮਾਨਾਂ ਦੇ ਈਦ ਹੁੰਦੀ ਉੱਥੇ ਵੀ ਈਦ ਪੜਨ ਜਾਣਾ ਮੈਂ ਹਰ ਜਗ੍ਹਾ ਜਾਣਾ ਮੈਨੂੰ ਬੁਲਾਉਂਦੇ ਯਾਰ ਮੈਂ ਦੇਖੋ ਕਲਾਕਾਰ ਇੱਕ ਨਾ ਕਲਾਕਾਰ ਆ ਉਹਦਾ ਕੋਈ ਧਰਮ ਨਹੀਂ ਉਹਦੀ ਕੋਈ ਗੱਲਬਾਤ ਨਹੀਂ ਜਿੱਥੇ ਮਰਜ਼ੀ ਜਿੱਥੇ ਉਹਨੂੰ ਪਿਆਰ ਸਤਿਕਾਰ ਮਿਲਦਾ ਉਹਨੇ ਉੱਥੇ ਜਾਣਾ ਹੀ ਜਾਣਾ ਉਹ ਪਿਆਰ ਦਾ ਭੁੱਖਾ ਹੁੰਦਾ ਵਾ ਕਿ ਨਾ ਕਿ ਪੈਸੇ ਦਾ ਭਾਵੇਂ ਮੇਰੀ ਮਤਲਬ ਅਸੀਂ ਕਹਿ ਸਕਦੇ ਨੀਟੂ ਸ਼ਟਰ ਵਾਲਾ ਇੱਕ ਕਲਾਕਾਰ ਦੇ ਰੂਪ ਚ ਸਾਹਮਣੇ ਮੇਰੇ ਕੋਲ 50 ਰੁਪਏ ਆ ਆਹ ਦੇਖੋ ਹੁਣ ਮੇਰੀ ਜੇਬ ਚ ਸਿਰ 50 ਰੁਪਏ ਨਿਕਲੇ ਆਹੀ ਕਨਈਆ ਲਾਲ ਜੀ ਨੂੰ ਦੇਣੇ ਸੀਗੇ ਔਰ ਕਨਈਆ ਮਿੱਤਲ ਕਨਈਆ ਮਿੱਤਲ ਜੀ ਨੂੰ ਦੇਣੇ ਸੀਗੇ ਮੈਂ ਆਹੀ 50 ਰੁਪਏ ਸਾਂਭ ਕੇ ਰੱਖੇ ਕਿ ਆ ਜ਼ਿੰਦਗੀ ਦੇ 50 ਰੁਪਏ ਮੈਨੂੰ ਕਦੀ ਨਹੀਂ ਭੁੱਲਣਗੇ ਹੁਣ ਮੈਂ ਵੀ ਸੰਗੀਤ ਸਿੱਖ ਰਿਹਾ ਮੈਂ ਵੀ ਕਿਹਾ ਵੀ ਉਹਨੂੰ ਸਿੱਖ ਕੇ ਨਾ ਉਹਨੂੰ ਦੱਸਣਾ ਵਾ ਕਨਈਆ ਲਾਲ ਮਿੱਤਲ ਜੀ ਨੂੰ ਵੀ ਠੀਕ ਆ ਮਾਤਾ ਸਰਸਵਤੀ ਸਿੱਧੇ ਤਰੀਕੇ ਉਹਨਾਂ ਨੂੰ ਚੈਲੰਜ ਕਰ ਰਹੇ ਹੋ ਵੀ ਮੈਂ ਤੇਰੇ ਬਰਾਬਰ ਖੜਨਾ ਹੋ ਗਿਆ ਕੋਈ ਗੱਲ ਨਹੀਂ ਦੇਖੋ ਗਾਣਾ ਕਿਸੇ ਦੇ ਪਿਓ ਦਾ ਥੋੜੀ ਹੈਗਾ ਰਿਆਜ਼ ਕਰੇ ਕੋਈ ਵੀ ਅੱਗੇ ਨਿਕਲ ਜਾਏ ਠੀਕ ਹੈ ਨਾ ਬਾਕੀ ਇਹ ਆ ਕਿ ਇਹ ਉਹ ਤਾਂ ਲੋਕ ਤਾਂ ਕਹਿ ਰਹੇ ਆ ਕਿ ਉਹ ਬੀਜੇਪੀ ਨੂੰ ਪ੍ਰਮੋਟ ਕਰ ਰਹੇ ਤਾਂ ਉਹਨਾਂ ਕੋਲ ਸਿਕਿਉਰਿਟੀਆਂ ਨੇ ਕਿਹਨਾਂ ਕੋ ਕਨਈਆ ਮਿੱਤਲ ਮੈਂ ਦੇਖੋ ਮੇਰੀ ਗੱਲ ਸੁਣੋ ਜੇ ਬੀਜੇਪੀ 'ਚ ਆ ਤੇ ਉੱਥੇ ਮਣੀਪੁਰ ਕਾਂਡ 'ਚ ਕੀ ਹੋਇਆ ਸਾਡੀਆਂ ਧੀਆਂ ਭੈਣਾਂ ਨੰਗੀਆਂ ਹੋ ਗਏ ਡੁੱਬ ਕੇ ਮਰ ਜਾਣਾ ਚਾਹੀਦਾ ਮੰਤਰੀਆਂ ਨੂੰ ਉਸੇ ਦਿਨ ਅਸਤੀਫਾ ਦੇਣਾ ਚਾਹੀਦਾ ਸੀਗਾ ਕਿ ਜਿਹੜਾ ਮਣੀਪੁਰ ਦੇ ਕਾਂਡ ਦੇ ਵਿੱਚ ਮੁੱਖ ਮੰਤਰੀ ਸੀਗਾ ਉਹਦੇ ਜੁੱਤੀਆਂ ਨਹੀਂ ਵੱਜੀਆਂ ਜੁੱਤੀਆਂ ਗਿੱਲੀਆਂ ਕਰ ਕਰਕੇ ਮਾਰਨੀ ਤੇਰੇ ਹੀ ਧੀ ਭੈਣ ਹੁੰਦੀ ਇੱਦਾਂ ਹੁੰਦਾ ਕਦੀ ਨਾ ਹੁੰਦਾ ਦੇਖੋ ਇੱਕ ਤੁਸੀਂ ਵੀ ਕਿਸੇ ਦੀ ਭੈਣ ਹੋ ਕਿਸੇ ਦੀ ਧੀ ਹੋ ਤੁਹਾਡੇ ਸਾਹਮਣੇ ਇੱਦਾਂ ਤੁਸੀਂ ਬਰਦਾਸ਼ਤ ਕਰੋਗੇ ਕਾਨੂੰਨ ਚਾਹੇ ਫਾਂਸੀ ਚਾੜ ਦੇਵੇ ਉਸ ਟਾਈਮ ਤੇ ਬੰਦੇ ਤੋਂ ਨਹੀਂ ਬਰਦਾਸ਼ਤ ਹੁੰਦਾ ਤੇ ਉੱਥੋਂ ਦੇ ਬੰਦਿਆਂ ਨੇ ਵੀ ਚੂੜੀਆਂ ਪਾ ਕੇ ਰੱਖੀਆਂ ਹੱਥਾਂ ਨੂੰ ਲੱਖ ਲਾਂਦਾ ਮਣੀਪੁਰ ਦੇ ਬੰਦਿਆਂ ਦੀ ਮੈਂ ਤੇ ਬੰਦੇ ਨਹੀਂ ਕਹਿੰਦਾ ਉਹਨਾਂ ਨੂੰ ਕਿਉਂਕਿ ਦੇਖੋ ਤੁਹਾਡੇ ਸਾਹਮਣੇ ਦੋ ਕੁੜੀਆਂ ਦਾ ਔਰ ਜਿਨ੍ਹਾਂ ਨੇ ਵੀਡੀਓ ਦੇਖੀ ਆ ਉਹਨਾਂ ਨੇ ਡਟ ਕੇ ਵਿਰੋਧ ਕੀਤਾ ਔਰ ਉਸ ਟਾਈਮ ਉਹ ਮੋਦੀ ਦੇ ਖਿਲਾਫ ਆ ਸਾਰੇ ਬੰਦੇ ਕਿਉਂ ਖਿਲਾਫ ਆ ਮਣੀਪੁਰ ਕਾਂਡ ਦੇ ਉੱਤੇ ਉਹਨਾਂ ਬੰਦਿਆਂ ਨੂੰ ਹਜੇ ਤੱਕ ਫਾਂਸੀ ਨਹੀਂ ਮਿਲੀ ਬੰਦੇ ਨਹੀਂ ਫੜੇ ਗਏ ਦੱਸਿਆ ਗਿਆ 6 ਬੰਦੇ ਆ ਪਰ ਸੀਗਾ 100 ਬੰਦਾ 100 ਬੰਦੇ ਨੇ ਪਹਿਲਾਂ ਰੇਪ ਕੀਤਾ ਫਿਰ ਕੁੜੀਆਂ ਨੂੰ ਕੁੱਟਿਆ ਜਦ ਕੁੜੀਆਂ ਨਹੀਂ ਕੁੱਟੀਆਂ ਫਿਰ ਗੋਲੀ ਮਾਰ ਕੇ ਮਾਰ ਦਿੱਤਾ ਗਿਆ ਉਹਨਾਂ ਦੀ ਛਾਤੀ ਵੀ ਤਲਵਾਰ ਨਾਲ ਵੱਢ ਦਿੱਤੀ ਗਈ ਬੜਾ ਦੁੱਖ ਲੱਗਾ ਦੇਖ ਕੇ ਵੀਡੀਓ ਦੇਖ ਕੇ ਲੱਖ ਲਾਂਤਾ ਇਦਾਂ ਦੇ ਲੀਡਰਾਂ ਦੀ ਕਿਹੜੇ ਕਿਹੜੇ ਲੀਡਰ ਦਾ ਕਿਸੇ ਲੀਡਰ ਦਾ ਜਦ ਮੈਂ ਹਰ ਵਾਰੀ ਕਹਿੰਦਾ ਜਦ ਵੀ ਵੋਟਾਂ ਆਉਂਦੀਆਂ ਜਦ ਵੀ ਕਿਸੇ ਲੀਡਰ ਦਾ ਮਣੀਪੁਰ ਕਾਂਡ ਆਇਆ ਤੁਸੀਂ ਉਹਨੂੰ ਵੋਟ ਪਾਓ ਹੋਰ ਲੋੜ ਨਹੀਂ ਪਾਉਂਦੀ ਨੇ ਤੇ ਆਜ਼ਾਦ ਬੰਦੇ ਨੂੰ ਪਾ ਦਿਓ ਵੋਟ ਮੈਨੂੰ ਵੋਟਾਂ ਨਾਲ ਕੋਈ ਲੈਣ ਦੇਣਾ ਨਹੀਂ ਕਹੀ ਨੀਟੂ ਸ਼ਟਰਾ ਵਾਲਾ ਅੱਜ ਕੱਲ ਕੀ ਨਵਾਂ ਲੈ ਕੇ ਆ ਰਿਹਾ ਦੇਖੋ ਉਹਦਾ ਫਿਲਮਾਂ ਗਾਣੇ ਕਾਫੀ ਇੱਕ ਔਰ ਇੱਕ ਮੇਰਾ ਨਸ਼ੇ ਦੇ ਖਿਲਾਫ ਜਿਹੜਾ ਗਾਣਾ ਵਾ ਲੋਕਾਂ ਨੂੰ ਮੈਂ ਦੱਸਣਾ ਚਾਹੁੰਦਾ ਵੀ ਨਸ਼ਾ ਕੋੜ ਆ ਨਸ਼ਾ ਦਲਦਲਾ ਕੋੜ ਦੇ ਬਾਹਰ ਆ ਜਾਓ ਕੋਈ ਵੀ ਨਸ਼ਾ ਕਰਦੇ ਸੜ ਦੋ ਨਸ਼ੇ ਕਿਉਂਕਿ 84 ਲੱਖ ਜੂਨਾਂ ਤੋਂ ਬਾਅਦ ਸਾਨੂੰ ਜੀਵਨ ਮਿਲਿਆ ਤੇ ਗਾਣਾ ਸ਼ੁਰੂ ਕਰ ਲਓ ਜੀ ਤੈਸ ਮੈਸ ਸਭ ਹੋ ਗਿਆ ਅੱਡੇ ਬਣ ਗਏ ਬਾਰਡਰ ਤੇ ਉਹ ਪੀਜ਼ਿਆਂ ਵਾਂਗੂ ਚਿੱਟਾ ਅੱਜ ਕੱਲ ਮਿਲਦਾ ਆਰਡਰ ਤੇ ਵੰਸ਼ ਬਚਾਉਣਾ ਔਖਾ ਹੋ ਗਿਆ ਵੰਸ਼ ਬਚਾਉਣਾ ਔਖਾ ਹੋ ਗਿਆ ਨਸ਼ੇ ਹਥਿਆਰੇ ਤੋਂ ਕੀ ਮਾਪੇ ਕਰਨ ਉਮੀਦਾਂ ਜੰਗ ਬਲੱਡ ਕਵਾਰੇ ਤੋਂ ਵੇਖ ਭਗਤ ਸਿਉ ਆ ਕੇ ਟੈਂਦੇ ਕਿਲੇ ਉਮੀਦਾਂ ਦੇ ਵਿੱਚ ਚੁਰਾਹੇ ਰੋਂਦੇ ਖੜੇ ਬੁੱਤ ਸ਼ਹੀਦਾਂ ਦੇ ਵਿੱਚ ਚੁਰਾਹੇ ਰੋਂਦੇ ਖੜੇ ਬੁੱਤ ਸ਼ਹੀਦਾਂ ਦੇ ਹੁਣ ਤਾਂ ਹੋ ਗਈ ਆ ਜ਼ਿੰਦਗੀ ਮਿੱਤਰਾ ਹੁਣ ਤਾਂ ਹੋ ਗਈ ਆ ਜ਼ਿੰਦਗੀ ਮਿੱਤਰਾ ਖਾਰੇ ਸੋਡੇ ਤੋਂ ਕੀ ਮਾਪੇ ਕਰਨ ਉਮੀਦਾਂ ਜੰਗ ਬਲੱਡ ਕਵਾਰੇ ਤੋਂ ਕੁਰਸੀ ਦੀ ਭੁੱਖ ਨੇ ਕੀਤਾ ਲੀਡਰ ਲਾਣਾ ਦੋਸ਼ੀਏ ਡੇਰਿਆਂ ਦੇ ਵਿੱਚ ਹੁੰਦੀ ਦੇਖੀ ਜਿਸਮ ਫਰੋਸ਼ੀਏ ਹੀਰ ਸੇਫ ਨੀ ਜਾਂਦੀ ਮਿੱਤਰਾ ਹੀਰ ਸੇਫ ਨੀ ਜਾਂਦੀ ਮਿੱਤਰਾ ਤਖਤ ਹਜ਼ਾਰੇ ਤੋਂ ਕੀ ਮਾਪੇ ਕਰਨ ਉਮੀਦਾਂ ਜੰਗ ਬਲੱਡ ਕਵਾਰੇ ਤੋਂ ਵੇਖ ਭਗਤ ਸਿਉ ਆ ਕੇ ਟੈਂਦੇ ਕਿਲੇ ਉਮੀਦਾਂ ਦੇ ਵੇਖ ਭਗਤ ਸਿਉ ਆ ਕੇ ਟੈਂਦੇ ਕਿਲੇ ਉਮੀਦਾਂ ਦੇ ਵੇਖ ਭਗਤ ਸਿਉ ਆ ਕੇ ਟੈਂਦੇ ਕਿਲੇ ਉਮੀਦਾਂ ਦੇ ਵੇਖ ਭਗਤ ਸਿਉ ਆ ਕੇ ਟੈਂਦੇ ਕਿਲੇ ਉਮੀਦਾਂ ਦੇ ਸੋ ਹਮੇਸ਼ਾ ਚਰਚਾ ਦੇ ਵਿੱਚ ਬਣੇ ਰਹਿੰਦਾ ਮਜ਼ਾਕ ਦਾ ਪਾਤਰ ਬਣੇ ਰਹਿਣ ਵਾਲਾ ਨੀਟੂ ਸ਼ਟਰਾਂ ਵਾਲਾ ਇੱਕ ਬਹੁਤ ਵਧੀਆ ਜ਼ਮੀਰ ਦਾ ਮਾਲਕ ਵੀ ਦੇਖਣ ਨੂੰ ਮਿਲਿਆ ਅੱਜ
सो तुसी कमेंट सैक्शन च अपनी राय जरूर देना कि तुसी किद्दां देखदे हो नीटू शटरा वाले नूं और ओदी जिहड़ी विचारधारा है ओनू। नवे अपडेट नाल फिर हाजिर होवांगे, तद तक बने रहो कैमरामैन प्रिंस दे नाल जसप्रीत सिटी होम न्यूज़।